ਸੀਗੇ ਕਿ ਬੜਾ ਦੁਖਦਾਈ ਖਬਰ ਹੈ ਜੀ ਕਿ ਅੱਜ ਪੰਜਾਬ ਦੇ ਵਿੱਚ ਇੱਕ ਪੈਰਲਲ ਸ਼ਰਾਬ ਮਾਫੀਆ ਵੀ ਚੱਲ ਪਿਆ। ਔਰ ਸੰਗਰੂਰ ਜਿਹੜਾ ਕਿ ਭਗਵੰਤ ਸਿੰਘ ਮਾਨ ਦਾ ਆਪਣਾ ਖੁਦ ਦਾ ਇੱਕ ਜ਼ਿਲ੍ਹਾ ਹੈ, ਉੱਥੇ 21 ਤੋਂ ਵੱਧ ਮੌਤਾਂ ਹੋ ਚੁੱਕੀਆਂ ਨੇ ਕੱਲ੍ਹ ਰਾਤ ਤੱਕ ਦੀਆਂ। 40 ਦੇ ਕਰੀਬ ਹਲੇ ਵੀ ਮਰੀਜ਼ ਰਜਿੰਦਰਾ ਹੋਸਪਿਟਲ ਦਾਖਲ ਨੇ, 6 ਦੇ ਕਰੀਬ ਆਈ ਬਿਲੀਵ ਸੰਗਰੂਰ ਹੋਸਪਿਟਲ 'ਚ ਨੇ, ਬਾਕੀ ਵਿਚਾਰੇ ਜਿਹੜੇ ਗਰੀਬ ਆਦਮੀ ਸ਼ਾਇਦ ਹਸਪਤਾਲਾਂ ਦੇ ਪਹੁੰਚ ਨਹੀਂ ਸਕੇ। ਇਹ ਇੱਕ ਬਹੁਤ ਵੱਡਾ ਹਾਦਸਾ ਹੈ ਔਰ ਇਹਦੇ 'ਚ ਜਿਹੜੇ ਪਿਛਲੇ 5 ਦਿਨ ਤੋਂ ਆਮ ਆਦਮੀ ਪਾਰਟੀ ਦੀ ਪੂ ਕੰਪਲੀਟ ਚੁੱਪੀਧਾਰੀ ਹੋਈ ਸੀਗੀ ਔਰ ਅੱਜ ਉਹ ਉੱਠ ਕੇ ਆਏ ਨੇ, ਜਾਂ ਕੱਲ੍ਹ ਅਮਨ ਅਰੋੜਾ ਉੱਥੇ ਗਿਆ ਜਿਹੜਾ ਟਿੱਬੀ ਰਵਿਦਾਸਪੁਰਾ ਜਿੱਥੇ ਅਸੀਂ ਜਾ ਕੇ ਆਏ ਹਾਂ, ਉਸ ਇਕੱਲੇ ਪਿੰਡ ਵਿੱਚ 12 ਮੌਤਾਂ ਹੋਈਆਂ ਨੇ। ਔਰ ਮੈਂ ਸਮਝਦਾ ਕਿ ਜਿਹੜੀ ਸ਼ਰਾਬ ਹੈ ਇਹਦਾ ਜਿਹੜਾ ਘੁਟਾਲਾ ਹੈ, ਇਹਦੀਆਂ ਤਾਰਾਂ ਜਿਹੜੀਆਂ ਨੇ, ਆਈ ਕੈਨ ਨਾਟ ਬਿਲੀਵ ਕਿ ਸਿਰਫ 8 ਕਰਿੰਦਿਆਂ ਨੂੰ ਫੜ ਕੇ ਕੰਮ ਖਤਮ ਹੋ ਗਿਆ। ਇਹ ਕੋਈ ਵੀ ਮਾਫੀਆ ਔਰ ਚੀਫ ਮਿਨਿਸਟਰ ਦੇ ਆਪਣੇ ਹੋਮ ਡਿਸਟ੍ਰਿਕਟ ਵਿੱਚ ਉਨੀ ਦੇਰ ਤਾਈਂ ਨਹੀਂ ਕੰਮ ਕਰ ਸਕਦਾ ਜਦ ਤਾਈਂ ਉਹਨੂੰ ਕੋਈ ਪੋਲੀਟੀਕਲ ਪੇਟਰਨੇਜ ਨਾ ਹੋਵੇ, ਉਹਨੂੰ ਪੁਲਿਸ ਦੀ ਸ਼ੈ ਨਾ ਹੋਵੇ। ਇਹ ਬਹੁਤ ਵੱਡਾ ਇੱਕ ਨੈਕਸਸ ਓਪਰੇਟ ਕਰਦਾ ਵਾ ਔਰ ਇਸ ਕਰਕੇ ਅਸੀਂ ਤਾਂ ਉੱਥੇ ਮੰਗ ਕਰਕੇ ਆਏ ਹਾਂ ਕਿ ਇਹਦੀ ਨਿਆਇਕ ਜਾਂਚ ਹੋਣੀ ਚਾਹੀਦੀ ਆ ਔਰ ਜਿਹੜੇ ਪੀੜਤ ਪਰਿਵਾਰ ਨੇ ਉਹਨਾਂ ਨੂੰ 25-25 ਲੱਖ ਰੁਪਇਆ ਮੁਆਵਜ਼ਾ ਮਿਲਣਾ ਚਾਹੀਦਾ। ਉਹਦਾ ਕਾਰਨ ਹੈ ਕਿ ਇਹ ਸਰਕਾਰ ਦੀ ਨਲੇਕੀ ਕਰਕੇ ਮੌਤਾਂ ਹੋਈਆਂ ਨੇ ਔਰ ਅੱਤ ਗਰੀਬ ਜਨਤਾ ਨੇ ਜਿਹਨਾਂ ਦਾ ਕੋਈ ਸਹਾਰਾ ਨਹੀਂ। ਇੱਕ ਇੱਕ ਘਰ 'ਚ ਮੈਂ ਦੇਖਿਆ 4-4 ਲੜਕੀਆਂ ਵਿਆਹੁਣ ਵਾਲੀਆਂ ਬੈਠੀਆਂ ਨੇ ਉਹਨਾਂ ਗਰੀਬਾਂ ਦੇ, ਉਹਨਾਂ ਦੇ ਕੋਈ ਸਾਧਨ ਨਹੀਂ ਹੈ। ਸੋ ਇੱਕ ਤਾਂ ਸਾਡੀ ਨਿਆਇਕ ਜਾਂਚ ਦੀ ਮੰਗ ਆ, 25-25 ਲੱਖ ਰੁਪਇਆ ਮੁਆਵਜ਼ੇ ਦੀ ਮੰਗ ਆ। ਨਾਲ ਨਾਲ ਇਹ ਮੈਂ ਕਹਿਣਾ ਚਾਹੁੰਦਾ ਕਿ ਅੱਜ ਪੰਜਾਬ ਦੇ ਵਿੱਚ ਜਿਹੜੇ ਕਹਿੰਦੇ ਸੀ ਅਸੀਂ ਕਿ ਰਾਜਨੀਤਿਕ ਬਦਲਾਵ ਲੈ ਕੇ ਆਉਣਾ, ਉਹ ਮਗਰਲਿਆਂ ਦੇ ਵੀ ਰਿਕਾਰਡ ਤੋੜੇ ਨੇ। ਨਿਤ ਦਿਨ ਇਲੀਗਲ ਮਾਈਨਿੰਗ ਹੋ ਰਹੀ ਹੈ, ਦੈਟ ਮੀਨਸ ਦੇਰ ਇਜ਼ ਮਾਈਨਿੰਗ ਮਾਫੀਆ ਪ੍ਰੈਜੈਂਟ ਇਨ ਪੰਜਾਬ। ਰੀਅਲ ਇਸਟੇਟ ਮਾਫੀਆ ਤਾਂ ਉਦੋਂ ਹੀ ਨੰਗਾ ਹੋ ਗਿਆ ਜਿਸ ਦਿਨ ਸਰਬਜੀਤ ਕੌਰ ਮਾਣੂਕੇ ਨੇ ਇੱਕ NRI ਦੀ ਜਗਰਾਉਂ ਵਿੱਚ ਕੋਠੀ ਦੇ ਨਜਾਇਜ਼ ਕਬਜ਼ਾ ਕੀਤਾ, ਜਿਹੜਾ ਉਹਨੂੰ ਜਿਹੜਾ ਛੱਡਣਾ ਪਿਆ। ਇਸੇ ਤਰ੍ਹਾਂ ਨਾਲ ਜਿਹੜਾ ਡਰੱਗ ਮਾਫੀਆ ਸਾਰੇ ਪੰਜਾਬ ਦੇ ਵਿੱਚ ਇਸ ਸਰਕਾਰ ਦੇ ਦੌਰਾਨ ਬਹੁਤ ਲੜਕੇ ਬੱਚੇ ਬੱਚੀਆਂ ਸ਼ਿਕਾਰ ਹੋਏ ਨੇ। ਇੱਕ ਪਿੰਡ ਮਕਬੂਲਪੁਰਾ ਇਹਨਾਂ ਤੋਂ ਕੰਟਰੋਲ ਨਹੀਂ ਹੋਇਆ। ਬਹੁਤ ਸਾਰੀਆਂ ਆਬਾਦੀਆਂ, ਅੱਜ ਮੈਂ ਸੁਨਾਮ ਸੀਗਾ ਤਾਂ ਮੈਨੂੰ ਬਹੁਤ ਸਾਰੇ ਚੰਗੇ ਸਤਿਕਾਰਯੋਗ ਸੱਜਣਾਂ ਨੇ ਕਿਹਾ ਕਿ ਸੁਨਾਮ ਦੇ ਹਰ ਗਲੀ ਕੁੱਚੇ ਵਿੱਚ ਨਸ਼ਾ ਮਿਲ ਰਿਹਾ, ਹਰ ਤਰ੍ਹਾਂ ਦਾ, ਦੇਸੀ ਸ਼ਰਾਬ ਸਮੇਤ, ਬਲਕਿ ਇੱਥੋਂ ਤੱਕ ਕਿਹਾ ਕਿ ਅਮਨ ਅਰੋੜਾ ਦੇ ਘਰ ਦੇ ਇਰਦ ਗਿਰਦ ਹੀ ਨਸ਼ਾ ਬਹੁਤ ਮਿਲ ਰਿਹਾ ਵਾ। ਸੋ ਜਿਹੜੀ ਪਾਰਟੀ ਦੂਸਰਿਆਂ ਤੇ ਇਲਜ਼ਾਮ ਲਾਉਂਦੀ ਸੀ ਕਿ ਜੇ ਬੜੀਆਂ ਮਾੜੀਆਂ ਸਰਕਾਰਾਂ ਨੇ, ਉਹ ਮਗਰਲੀਆਂ ਨਾਲੋਂ ਵੀ ਜ਼ਿਆਦਾ ਮਾੜੀ ਸਾਬਤ ਹੋ ਰਹੀ ਆ। ਇਸ ਕਰਕੇ ਅੱਜ ਸਾਡਾ ਜਿਹੜਾ ਦੌਰਾ ਸੀਗਾ ਉਹ ਅਸੀਂ ਗਏ ਹਾਂ ਗੁੱਜਰਾਂ ਪਿੰਡ, ਇਸ ਕਰਕੇ ਨਹੀਂ ਗਏ ਕਿਉਂਕਿ ਉਹਨਾਂ ਨੇ ਅਸਥੀਆਂ ਲੈ ਕੇ ਜਾਣਾ ਸੀਗਾ। ਸਾਡੀ ਹਮਦਰਦੀ ਆ ਸਾਰੇ ਪਰਿਵਾਰਾਂ ਦੇ ਨਾਲ, ਸਮੂਹ ਕਾਂਗਰਸ ਪਾਰਟੀ ਦੇ ਮੇਰੇ ਨਾਲ ਸਤਿਕਾਰਯੋਗ ਮੇਰੇ ਬਹੁਤ ਅਜ਼ੀਜ਼ ਕੁਲੀਗ ਸਰਦਾਰ ਸੁਰਿੰਦਰਪਾਲ ਸਿੰਘ ਜੀ, ਸਿਬੀਆ ਸਾਹਿਬ XMLA ਔਰ ਜਸਵਿੰਦਰ ਸਿੰਘ ਜੀ ਧਮਾਨ। ਮੈਂ ਇਹ ਸਮਝਦਾ ਵਾਂ ਕਿ ਕਾਂਗਰਸ ਪਾਰਟੀ ਇਸ ਮੁੱਦੇ ਦੇ ਉੱਤੇ ਡਟ ਕੇ ਪਹਿਰਾ ਦਊਗੀ। ਅਗਰ ਉਹਨਾਂ ਨੇ ਕੋਈ ਆਨਾਕਾਨੀ ਕੀਤੀ ਤੇ ਮੇਨ ਮਾਫੀਆ ਨੂੰ ਨਾ ਫੜਿਆ, ਦੈਨ ਆਈ ਥਿੰਕ ਵੀ ਵਿਲ ਹੈਵ ਟੂ ਆਲਸੋ ਮੂਵ ਦਾ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਟੂ ਗੈਟ ਜਸਟਿਸ ਫੋਰ ਦਾ ਵਿਕਟਮਸ ਆਫ ਦਿਸ ਸਪੂਰੀਅਸ ਲਿਕਰ ਸਕੈਂਡਲ। ਖਹਿਰਾ ਸਾਹਿਬ ਬਾਰਡਰ ਜ਼ਿਲ੍ਹਾ ਹੈ ਕਿਉਂਕਿ ਉੱਥੇ ਪਿੱਛੇ ਖਲੋਰੀ ਤੋਂ ਪਿੱਛੋਂ ਹਰਿਆਣਾ ਸਟਾਰਟ ਹੋ ਜਾਂਦਾ, ਬੜਾ ਇੱਕ ਇਸਦੀ ਬਣਦੀ ਜੀ। ਅਮੈਰੀਕਾ ਇਲੈਕਸ਼ਨ ਕਮਿਸ਼ਨ ਨੇ DC ਔਰ ਸੋਰੀ ਚੀਫ ਸੈਕਟਰੀ ਔਰ DGP ਤੋਂ ਰਿਪੋਰਟ ਸੀਕ ਕੀਤੀ ਹੈ। ਇਸ ਕਰਕੇ ਇਹ ਰਿਪੋਰਟ ਇੱਕ ਅਲੱਗ ਚੀਜ਼ ਆ, ਲੇਕਿਨ ਜਿਹੜੀ ਸਰਕਾਰ ਕੋਠਿਆਂ ਤੇ ਚੜ੍ਹ ਕੇ ਰੌਲਾ ਪਾਉਂਦੀ ਸੀ ਕਿ ਅਸੀਂ ਇੱਕ ਇਸ ਤਰ੍ਹਾਂ ਦੀ ਸਰਕਾਰ ਦੇਵਾਂਗੇ ਜਿਹੜੀ ਤੁਸੀਂ ਪਹਿਲਾਂ ਦੇਖੀ ਨਹੀਂ ਹੋਊਗੀ, 5ਵੇਂ ਦਿਨ ਚੀਫ ਮਿਨਿਸਟਰ ਅੱਜ ਆਇਆ। ਔਰ ਅਮਨ ਅਰੋੜਾ ਦਾ ਬਿਆਨ ਬਹੁਤ ਮੰਦਭਾਗਾ ਸੀਗਾ ਕਿ ਕਿਉਂਕਿ ਇਹਨਾਂ ਲੋਕਾਂ ਨੇ ਕੋਈ ਸ਼ਰਾਬ ਜਿਹੜੀ ਆ ਉਹ ਸਰਕਾਰੀ ਮਨਜ਼ੂਰ ਸ਼ੁਦਾ ਠੇਕਿਆਂ ਤੋਂ ਨਹੀਂ ਖਰੀਦੀ, ਇਸ ਕਰਕੇ ਅਸੀਂ ਕੋਈ ਜ਼ਿੰਮੇਵਾਰ ਨਹੀਂ। ਦੈਟ ਮੀਨਸ ਵਾਟ ਇਜ਼ ਟ੍ਰਾਇੰਗ ਟੂ ਸੇ ਇਜ਼
ਕਿ ਜਿਹੜਾ ਡਰੱਗਸ ਨਾਲ ਮੌਤਾਂ ਹੋਈਆਂ ਪਿਛਲੇ ਕਈ ਦਹਾਕ ਕੁਛ ਦਹਾਕਿਆਂ 'ਚ, ਜਿਹੜੀਆਂ ਕਿ ਹਜ਼ਾਰਾਂ ਮੌਤਾਂ ਨੇ, ਦੈਟ ਮੀਨਸ ਸਰਕਾਰਾਂ ਆਪਣਾ ਪੱਲਾ ਝਾੜ ਗਈਆਂ ਨੇ, ਕਿਉਂਕਿ ਉਹ ਡਰੱਗਸ ਤਾਂ ਕਿਸੇ ਮਨਜ਼ੂਰਸ਼ੁਦਾ ਠੇਕੇ ਤੋਂ ਮਿਲਦੇ ਹੀ ਨਹੀਂ ਗੇ, ਚਾਹੇ ਵੈਦਰ ਉਹ ਚਿੱਟਾ ਹੈ, ਚਾਹੇ ਉਹ ਹੀਰੋਇਨ ਹੈ, ਜਾਂ ਉਹ ਕੋਈ ਕੈਮੀਕਲ ਡਰੱਗਸ ਨੇ, ਜਾਂ ਉਹ ਮੈਡੀਕਲ ਡਰੱਗਸ ਨੇ। ਇਹਦਾ ਮਤਲਬ ਇਹਨਾਂ ਨੇ ਹੱਥ ਖੜੇ ਕਰਤੇ ਕਿ ਸਾਡੇ ਹੱਥ ਖੜੇ ਆ, ਸਾਡੇ ਕੋਲੋਂ ਇੱਕ ਮਾਫੀਆ ਕੰਟਰੋਲ ਨਹੀਂ ਹੋ ਸਕਦਾ, ਸਰਕਾਰ ਇਹਦੇ ਵਿੱਚ ਮੁਦਾਖਲਤ ਨਹੀਂ ਕਰ ਸਕਦੀ। ਉਹ ਡਿਫੀਟਿਸਟ ਸਟੇਟਮੈਂਟ ਸੀਗੀ। ਔਰ ਮੈਂ ਸਮਝਦਾ ਕਿ ਤੈਨੂੰ ਮਿਨਿਸਟਰ ਬਣਾਇਆ, ਤੂੰ ਇੱਕ ਇਲੈਕਟਡ ਰਿਪ੍ਰੈਜੈਂਟੇਟਿਵ ਆ, ਅਮਨ ਅਰੋੜੇ ਨੂੰ ਜਨਤਕ ਤੌਰ ਦੇ ਉੱਤੇ ਲੋਕਾਂ ਨੂੰ ਫੋਰ ਇਜ਼ ਵੈਰੀ ਸਿਲੀ ਸਟੇਟਮੈਂਟ ਮਾਫੀ ਮੰਗਣੀ ਚਾਹੀਦੀ।